Please subscribe our channel for latest updates. ਪਿਛਲੇ ਦਿਨੀ ਇਸਤਰੀ ਵਿੰਗ ਅਕਾਲੀ ਦਲ ਦੀ ਮੀਤ ਪ੍ਰਧਾਨ ਜਸਵਿੰਦਰ ਕੌਰ ਨਾਲ ਬੁਰੀ ਤਰ੍ਹਾਂ ਹੋਈ ਕੁੱਟਮਾਰ ਅਤੇ ਉਸ ਨੂੰ ਬੇਇੱਜ਼ਤ ਕਰਨ ਦੀ ਜਿੱਥੇ ਪੂਰਾ ਪੰਜਾਬ ਨਿੰਦਾ ਕਰ ਰਿਹਾ ਉੱਥੇ ਹੀ ਇਸ ਮਾਮਲੇ 'ਚ ਇੱਕ ਨਵਾਂ ਮੋੜ ਦੇਖਣ ਨੂੰ ਮਿਲਿਆ ਜਿੱਥੇ ਗੈਂਗਸਟਰ ਸ਼ੇਰਾ ਖੂਬਨ ਗਰੁੱਪ ਨੇ ਮੁਲਜ਼ਮ ਨੂੰ ਫੇਸਬੁੱਕ ਆਪਣੇ ਅਕਾਊਂਟ ਤੋਂ ਸੋਧਣ ਦੀ ਧਮਕੀ ਦਿੱਤੀ ਹੈ। ਸ਼ੇਰਾ ਖੂਬਨ ਗਰੁੱਪ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿਖਿਆ ਹੈ ਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਬਿਆਨ ਰੂਬਰੂ ਦਰਜ ਨਹੀਂ ਕੀਤੇ, ਇਸ ਕਾਰਨ ਦੋਸ਼ੀ ਜ਼ਮਾਨਤ ਲੈਣ ਵਿੱਚ ਕਾਮਯਾਬ ਹੋ ਗਏ। ਇਹ ਵੀ ਲਿਖਿਆ ਗਿਆ ਹੈ ਕਿ ਦੋਸ਼ੀਆਂ ਨੇ ਜਸਵਿੰਦਰ ਕੌਰ ਦੇ ਮੁੰਡੇ ਦੇ ਸਾਹਮਣੇ ਨਿਰਵਸਤਰ ਕਰ ਦਿੱਤਾ ਗਿਆ। ਦੋਸ਼ੀ ਕਹਿ ਰਹੇ ਸੀ ਕਿ ਪਿਸਤੌਲ ਲਿਆ, ਸ਼ੇਰਾ ਖੂਬਨ ਵਾਲੇ ਨੇ ਪਿਸਤੌਲ ਲਿਆ ਵਾਲੀ ਗੱਲ 'ਤੇ ਕਮੈਂਟ ਕਰਦੇ ਹੋਏ ਸ਼ਰੇਆਮ ਧਮਕੀ ਦਿੱਤੀ ਹੈ ਕਿ ਉਹ ਹੁਣ ਉਹਨਾਂ ਦੋਸ਼ੀਆਂ ਨਾਲ ਆਪਣੇ ਤਰੀਕੇ ਨਾਲ ਸੁਲਝਣਗੇ। ਇਸ ਪੋਸਟ ਵਿੱਚ ਪੁਲਿਸ ਦੀ ਕਾਰਜਕਾਰੀ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਕਿ ਕਿਵੇਂ ਪੁਲਿਸ ਨੇ ਇਸ ਘਟਨਾ ਨੂੰ ਹਲਕੇ 'ਚ ਲਿਆ ਹੈ ਅਤੇ ਦੋਸ਼ੀਆਂ ਖਿਲਾਫ਼ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ। ਇਹ ਪੋਸਟ ਸ਼ੇਰਾ ਖੂਬਨ ਵਾਲੇ ਦੇ ਪੇਜ ਤੋਂ ਪਾਈ ਗਈ ਹੈ। ਜਦੋਂ ਇਸ ਸੰਬੰਧੀ ਪੀੜਿਤ ਮਹਿਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਉਸ ਨਾਲ ਮੇਰਾ ਕੋਈ ਵੀ ਰਿਸ਼ਤਾ ਨਹੀਂ ਹੈ, ਜੇਕਰ ਇਨਸਾਨੀਅਤ ਦੇ ਨਾਤੇ ਉਸਦਾ ਖੂਨ ਖੋਲਿਆ ਹੈ ਤਾਂ ਮੈਂ ਉਸਦੀ ਕਦਰ ਕਰਦੀ ਹਾਂ। ਵੀਰ ਜੀ, ਮੈਂ ਇੱਕ ਤਾਂ ਮੈਨੂੰ ਦੇਖੋ, ਮੈਂ ਉਹਨਾਂ ਨੂੰ ਜਾਣਦੀ ਨਹੀਂ, ਨਾ ਹੀ ਮੇਰਾ ਉਹਨਾਂ ਨਾਲ ਵਿਚਾਰਿਆਂ ਨਾਲ ਕੋਈ ਕੰਟੈਕਟ ਹੈਗਾ। ਚਲੋ ਕਿਸੇ ਮਾਂ ਦੇ ਪੁੱਤ ਦੇ ਕੋਈ ਭੈਣ ਦੇ ਭਰਾ ਦੇ ਦਿਲ ਦੇ ਵਿੱਚ ਖੂਨ ਖੋਲਿਆ, ਉਹਨੇ ਸਟੇਟਸ ਪਾ ਤਾ, ਬਟ ਮੇਰਾ ਮੈਂ ਆਪਣੇ ਉਸ ਵੀਰ ਨੂੰ ਇਹ ਗੁਜ਼ਾਰਿਸ਼ ਕਰਦੀ ਹਾਂ ਕਿ ਮੈਨੂੰ ਪ੍ਰਸ਼ਾਸਨ 'ਤੇ ਕਾਨੂੰਨ 'ਤੇ ਵਿਸ਼ਵਾਸ ਹੈ ਵੀ ਕੋਈ ਇਹੋ ਜਿਹੀ ਉਹ ਨਹੀਂ ਹੈਗੀ, ਕਿਉਂਕਿ ਪ੍ਰਸ਼ਾਸਨ ਅਤੇ ਕਾਨੂੰਨ ਮੇਰੀ ਪੂਰੀ ਫੁੱਲ ਮਦਦ ਕਰ ਰਿਹਾ ਹੈਗਾ। ਮੈਂ ਉਸ ਵੀਰ ਨੂੰ, ਕਿਉਂਕਿ ਜੇ ਇੱਦਾਂ ਦਾ ਕੁਛ ਸਪੋਜ ਕਰਨ ਵਾਲੇ ਹੁੰਦੇ ਜਾਂ ਆਪਾਂ ਕਰ ਦਾਂਗੇ ਤਾਂ ਉਹਨਾਂ ਦੇ ਅਤੇ ਆਪਣੇ ਦੇ ਮੇਰੇ ਵਿੱਚ ਕੋਈ ਫਰਕ ਨਹੀਂ ਹੋਜੂਗਾ। ਮੈਨੂੰ ਕਾਨੂੰਨ ਅਤੇ ਪ੍ਰਸ਼ਾਸਨ 'ਤੇ ਯਕੀਨ ਹੈ, ਜੋ ਕਾਨੂੰਨ ਕਰੇਗਾ ਔਰ ਮੈਂ ਪ੍ਰਸ਼ਾਸਨ ਅਤੇ ਕਾਨੂੰਨ ਦੇ ਆਧਾਰ 'ਤੇ ਲੜਾਈ ਲੜਾਂਗੀ। ਪਰ ਉਸ ਜਿਸ ਵੀਰ ਨੇ ਪਾਇਆ, ਨਾ ਹੀ ਤਾਂ ਮੇਰਾ ਉਹਦੇ ਨਾਲ ਕੋਈ ਕੰਟੈਕਟ ਆ, ਨਾ ਹੀ ਮੈਂ ਉਸ ਵੀਰ ਨੂੰ ਜਾਣਦੀ ਹਾਂ, ਨਾ ਹੀ ਮੈਨੂੰ ਪਤਾ ਹੈ। ਪਰ ਚਲੋ, ਖੈਰ, ਉਸ ਮਾਂ ਦੇ ਪੁੱਤ ਦੇ ਇੱਕ ਭੈਣ ਦੀ ਇੱਜ਼ਤ ਨੂੰ ਤਾਰ ਤਾਰ ਕਰਦੇ ਹੋਏ ਉਹਦੇ ਦਿਲ ਦੇ ਵਿੱਚ ਬੁਲਬੁਲਾ ਉੱਠਿਆ ਅਤੇ ਉਹਨੇ ਪਾਇਆ ਮੈਂ, ਪਰ ਮੇਰਾ ਇਸ ਨਾਲ ਕੋਈ ਸੰਬੰਧ ਨਹੀਂ ਹੈ। ਦੂਜੇ ਪਾਸੇ ਜਦੋਂ ਪੁਲਿਸ ਪ੍ਰਸ਼ਾਸਨ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਂਚ ਕਰ ਰਹੇ ਹਾਂ ਕਿ ਫੇਸਬੁੱਕ 'ਤੇ ਕਿਸ ਦੀ ਆਈਡੀ ਹੈ, ਉਹ ਅਸਲੀ ਹੈ ਜਾਂ ਨਕਲੀ ਜਾਂ ਫੇਕ, ਜਾਂਚ ਚੱਲ ਰਹੀ ਹੈ। ਉਹਦੇ ਬਾਰੇ 'ਚ ਜਾਂਚ ਕਰ ਰਹੇ ਹਾਂ ਕਿ ਉਹ ਆਈਡੀ ਕਿਸ ਵਿਅਕਤੀ ਦਾ ਹੈਗਾ ਅਤੇ ਉਹ ਤੋਂ ਬਾਅਦ ਹੀ ਇਹਦੇ ਬਾਰੇ ਵਿੱਚ ਕੁਝ ਕਿਹਾ ਜਾ ਸਕਦਾ ਕਿ ਕਿਸ ਮਕਸਦ ਨਾਲ ਇੱਦਾਂ ਕਿਹਾ ਗਿਆ। ਤਫਤੀਸ਼ ਤੋਂ ਬਾਅਦ ਹੀ ਪਤਾ ਚੱਲੇਗਾ, ਪਹਿਲਾਂ ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿਉਂਕਿ ਕਈ ਵਾਰੀ ਫੇਕ ਆਈਡੀਜ਼ ਬਹੁਤ ਨੇ ਫੇਸਬੁੱਕ 'ਤੇ, ਤਾਂ ਕੋਈ ਫੇਕ ਵਿਅਕਤੀ ਵੀ ਇਹ ਕੰਮ ਕਰ ਸਕਦਾ ਜਿਹਦਾ ਕਿ ਵਿਕਟਮ ਨਾਲ ਜਾਂ ਦੋਸ਼ੀ ਨਾਲ ਕੋਈ ਰਿਲੇਸ਼ਨ ਹੀ ਨਾ ਹੋਵੇ, ਅਤੇ ਇਸ ਕਰਕੇ ਉਹ ਪਤਾ ਲਗਾ ਕੇ ਹੀ ਪੂਰੀ ਕਹਾਣੀ ਸਾਹਮਣੇ ਆ ਸਕੇ। ਬਰਨਾਲਾ ਤੋਂ ਪ੍ਰਵੀਨ ਰਿਸ਼ੀ ਦੀ ਰਿਪੋਰਟ, ਚੈਨਲ ਪੰਜਾਬ ਨਿਊਜ਼।